दंडोत बंदन अंक बार सर्व कला समर्थ डोलन ते राखो डोलन ते राखो प्रभु। एक ओंकार श्री वाहिगुरु जी की फतेह। जन्म साखी संपूर्णा तो बाद 2 महीने और बाबा भाई बाला जी सचखंड चले गए तो श्री गुरु अंगद देव जी ने इस स्थान पर अपने हथीं बाबा बाला जी का यह संस्कार किया। वाहिगुरु जी का खालसा वाहिगुरु जी की फतेह। जी ये नगर खडूर साहब है जी। ये खडूर साहब के टपियाणा साहब गुरद्वारा है गुरु नानक देव जी का। उस स्थान पर यह बाबा टपियाणा साहब गुरद्वारे के नाल ही ये स्थान बाबा बाला जी का बनिया होया है। वाहिगुरु जी का खालसा वाहिगुरु जी की फतेह। संगत जी हुण आपां तुहानूं दर्शन कराने माता खीवी जी दे लंगर दे। माता खीवी दा लंगर है वाहिगुरु जी, ये बाणी विच वी दर्ज है। ये बहुत इतिहासिक लंगर है, सब तो इतिहासिक ये लंगर मनिया गया वाहिगुरु जी। जे कोई जाने ते वाहिगुरु खीर बनदी सी, खीर बनदी आपणे सामणे देसी घिओ पांदे सी माता खीवी जी। ओह खीवी वी बनी है जी उस स्थान ते। उस टाइम ते माता खीवी जी जदों आपणे समय संगतां नूं लंगर तैयार करके छकाणा ते ओह खुई च जल वरतदे हुंदे सी। ते पहले माता जी ने जिन्हां दा नाम है गुरु ग्रंथ साहिब विच होर किसे दा नाम नहीं ਹੋਰ ਨਾਮ ਨਹੀਂ ਹੈਗਾ ਨਾ, 10 ਪਾਤਸ਼ਾਹੀਆਂ ਚੋਂ ਉਹਨਾਂ ਦੇ ਜਿਹੜੇ ਧਰਮ ਸੁਪਤਨੀਆਂ ਨੇ ਉਹਨਾਂ ਚੋਂ ਮਾਤਾ ਖੀਵੀ ਜਿਹੜੇ ਦੂਜੇ ਉਹਨਾਂ ਦਾ ਹੀ ਨਾਮ ਹੈ। ਗੁਰਦੁਆਰਾ ਵੀ ਬਣਿਆ ਹੋਇਆ ਮਾਤਾ ਖੀਵੀ ਦਾ, ਇੱਥੋਂ ਤੁਸੀਂ ਜਾਓਗੇ ਇੱਧਰ ਤਨਤਾ ਜੋ ਤੇ ਸੰਗਰਕੋਟ ਉੱਥੇ ਗੁਰਦੁਆਰਾ ਬਣਿਆ ਹੈ ਮਾਤਾ ਖੀਵੀ। ਪਰ ਜੇ ਉਹਨਾਂ ਦਾ ਲੰਗਰ ਐਡਾ ਮਸ਼ਹੂਰ ਹੈ ਅੱਜ ਵੀ ਖੀਰ ਤਿਆਰ ਹੁੰਦੀ? ਬਿਲਕੁਲ ਤਿਆਰ ਹੈ। ਅੱਛਾ, ਤਿਆਰ ਬਣਦੀ ਹੈ 24 ਘੰਟੇ ਲੰਗਰ, 24 ਘੰਟੇ ਖੀਰ ਮਿਲੂ। ਤੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਮਾਤਾ ਜੀ ਜਦੋਂ ਲੰਗਰ ਛਕਾਉਂਦੇ ਸੀ ਤੇ ਖੀਰ ਦੇ ਵਿੱਚ ਦੇਸੀ ਘਿਓ ਪਾਉਂਦੇ। ਦੇਸੀ ਘਿਓ ਪਾਉਂਦੇ ਅੱਜ ਵੀ ਪਾਉਂਦੇ ਨੇ? ਅੱਜ ਹੀ ਪਾਉਂਦੇ। ਵਾਹਿਗੁਰੂ, ਅੱਜ ਹੁਣ ਤੇ ਹੋਰ ਕੰਮ ਵੱਧ ਗਿਆ, ਸ਼ੱਕਰ ਖੰਡ ਬੰਦ ਕਰਤੀ ਬਾਬਾ ਜੀ ਨੇ। ਸ਼ੱਕਰ ਗੁੜ ਵਾਲੀ ਸ਼ੱਕਰ ਵਾਲੀ ਉਹ ਵਿੱਚ ਪਾਉਂਦੇ ਆ। ਅੱਛਾ ਜੀ, ਕੋਈ ਗੁੜ ਪਾਉਂਦੀ ਆ ਸ਼ੱਕਰ। ਵਾਹਿਗੁਰੂ, ਉਹ ਵੀ 24 ਘੰਟੇ ਲੱਸੀ ਵੀ 24 ਘੰਟੇ ਠੰਡੀ। ਆ ਤੁਸੀਂ ਜਾਓਗੇ ਤੇ ਲੱਸੀ ਛਕੋ, ਫਿਰ ਉਹ ਛਕੋ, ਫਿਰ ਲੰਗਰ ਛਕੋ, ਤੇ ਨਾਲ ਘਿਓ ਵਾਲੀ ਖੀਰ ਛਕੋ। ਲੰਗਰ ਬੜੀ ਸਭ ਮਹਾਤਮਾ ਨਾਲ 24 ਘੰਟੇ ਲੰਗਰ ਚੱਲਦਾ ਮਹਾਰਾਜ ਜੀ। ਬੜੀ ਕਿਰਪਾ ਕੀਤਾ ਧਰਤੀ ਮਾਤਾ, 8 ਗੁਰੂ ਇੱਥੇ ਆਏ ਹੋਏ ਆ। 8 ਗੁਰੂ ਇਸ ਸਥਾਨ ਤੇ? ਹਾਂ, ਇਸ ਸਥਾਨ 8 ਗੁਰੂ ਆਏ ਹੋਏ ਆ। ਦਰਬਾਰ ਹੈ ਜੀ ਸਾਡੀ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ ਅੱਜ ਦੇਖੋ ਸੰਗਤ ਕਿੰਨੀ ਦੂਰ ਦੂਰ ਆਈ ਹੋਈ ਜੀ। ਕਠੂਏ ਤੋਂ ਆਈ, ਜੰਮੂ ਤੋਂ ਸੰਗਤ, ਗੁਰੂ ਕੀ ਬਡਾਲੀ ਤੋਂ ਸੰਗਤ, ਸਾਰੀ ਸੰਗਤ ਵੇਖੋ ਪਹੁੰਚੀ ਹੋਈ ਹੈ। ਸਾਰੇ ਤਪਿਆਣਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ ਹੋਏ ਨੇ ਜੀ। ਇਹ ਤਪਿਆਣਾ ਸਾਹਿਬ ਗੁਰਦੁਆਰਾ ਸਾਹਿਬ ਖੰਡੂਰ ਸਾਹਿਬ ਦੀ ਧਰਤੀ ਤੇ ਪੈਂਦਾ ਜੀ। ਦੇਖੋ ਕਿੰਨੀ ਦੂਰ ਦੂਰ ਸੰਗਤ ਆਈ ਹੋਈ ਹੈ। ਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ, ਆਪ ਜੀ ਜਿਹੜੇ ਜਿਹੜੇ ਵੀ ਇਲਾਕੇ ਵਿੱਚ ਰਹਿੰਦੇ ਹੋ ਇਸ ਸਥਾਨ ਤੇ ਆ ਕੇ ਦਰਸ਼ਨ ਕਰੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਵੋ ਤੇ ਆਪਣਾ ਜੀਵਨ ਸਫਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ, ਸਤਿ
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਗੁਰਦੁਆਰਾ ਤਪਿਆਣਾ ਸਾਹਿਬ ਆ, ਗੁਰਦੁਆਰਾ ਤਪਿਆਣਾ ਸਾਹਿਬ ਹੈ। ਇੱਥੇ ਗੁਰੂ ਅੰਗਦ ਸਾਹਿਬ ਨੇ ਗੁਰੂ ਬਣਨ ਤੋਂ ਪਹਿਲਾਂ ਤਪੱਸਿਆ ਕੀਤੀ ਆ, ਔਰ ਗੁਰੂ ਨਾਨਕ ਪਾਤਸ਼ਾਹ ਪੰਜ ਵਾਰ ਇੱਥੇ ਆਏ ਜੀ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨਾਲ ਆਏ, ਉਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਦੀ ਸਾਰੀ ਜੀਵਨੀ ਭਾਈ ਪੈੜਾ ਜੀ ਮੋਖਾ ਜੀ ਕੋਲੋਂ ਇੱਥੇ ਲਿਖਵਾਈ ਅਤੇ ਉਹਨਾਂ ਦੀ ਬਾਣੀ ਨੂੰ ਸੰਪੂਰਨ ਕੀਤਾ। ਜਦੋਂ ਬਾਣੀ ਪੂਰੀ ਹੋ ਗਈ ਅਤੇ ਭਾਈ ਬਾਲਾ ਜੀ ਵੀ ਇੱਥੇ ਪੂਰੇ ਹੋ ਗਏ, ਮਹਾਰਾਜ ਨੇ ਆਪਣੇ ਹੱਥੀਂ ਇਹਨਾਂ ਦਾ ਸੰਸਕਾਰ ਗੁਰਦੁਆਰਾ ਦੇ ਲਾਗੇ ਕੀਤਾ ਜੀ। ਹਾਂਜੀ, ਦੂਸਰਾ ਮਾਤਾ ਖੀਵੀ ਜੀ ਦਾ ਲੰਗਰ ਆ, ਜੋ 24 ਘੰਟੇ ਚੱਲਦਾ ਵਾ। 24 ਘੰਟੇ ਮਹਾਰਾਜ ਦੀ ਦੁੱਧ ਘਿਓ ਦੀ ਖੀਰ ਬਣਦੀ ਆ, ਤਾਂ ਸੰਗਤਾਂ ਸ਼ਕਦੀਆਂ ਬਹੁਤ ਸ਼ਰਧਾ ਪ੍ਰੇਮ ਦੇ ਨਾਲ ਮਾਤਾ ਜੀ ਦੀ ਬਹੁਤ ਹੀ ਜੈ ਜੈਕਾਰ ਆ। ਮਹਾਰਾਜ ਚੜ੍ਹਦੀ ਕਲਾ ਕਰੇ ਸੱਚੇ ਪਾਤਸ਼ਾਹ, ਆਉਣ ਵਾਲੀਆਂ ਸੰਗਤਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੇ। ਅਜੀ ਇਹ ਜੋ ਭਾਈ ਗੁਰੂ ਪਿਆਰਿਆਂ ਨੂੰ ਨਹੀਂ ਪਤਾ, ਉਹਨਾਂ ਨੂੰ ਇੱਥੇ ਆਣ ਕੇ ਦਰਸ਼ਨ ਕਰਨੇ ਚਾਹੀਦੇ ਆ। ਭਾਈ ਬਾਲਾ ਜੀ ਦੀ ਇੱਥੇ ਯਾਦਗਾਰ ਬਣਾਈ ਹੋਈ ਆ, ਪੂਰਾ ਇਤਿਹਾਸ ਲਿਖਿਆ ਹੋਇਆ ਵਾ, ਇਹਦੇ 'ਚ ਕੋਈ ਦੁਰਾਈ ਨਹੀਂ ਹੈ। ਆਣ ਕੇ ਦਰਸ਼ਨ ਕਰੋ ਅਤੇ ਫਿਰ ਪਤਾ ਚੱਲਦਾ ਸੰਗਤਾਂ। 6 ਇਤਿਹਾਸ ਆ ਜੀ ਗੁਰਦੁਆਰਾ ਸਾਹਿਬ ਆ, ਜੋ ਇਤਿਹਾਸਿਕ ਆ। ਗੁਰਦੁਆਰਾ ਤਪਿਆਣਾ ਸਾਹਿਬ, 2 ਗੁਰਦੁਆਰੇ ਸਾਹਿਬ ਜੀ, ਇੱਕ ਸਰੋਵਰ ਦੇ ਉੱਧਰਲੇ ਪਾਸੇ ਜਿੱਧਰ ਮਹਾਰਾਜ ਨੇ ਤਪੱਸਿਆ ਕੀਤੀ, ਅਤੇ ਇੱਕ ਇੱਧਰ ਆ ਲੰਗਰ ਸਾਹਿਬ ਦੇ ਲਾਗੇ ਆ, ਜਿੱਥੇ ਭਾਈ ਬਾਲਾ ਜੀ ਦੀ ਯਾਦਗਾਰ ਆ। 2 ਗੁਰਦੁਆਰਾ ਸਾਹਿਬ ਇੱਥੇ ਆ, ਬਾਕੀ ਬਾਜ਼ਾਰ ਸਾਹਿਬ ਦੇ ਵਿੱਚ ਆ। ਹਾਂਜੀ, ਮੈਂ ਖੱਡੀ ਸਾਹਿਬ ਗੁਰਦੁਆਰੇ ਦਾ ਪੁਰਾਤਨ ਨਾਮ ਆ, ਉਹਨੂੰ ਅੱਜ ਕੱਲ੍ਹ ਦਰਬਾਰ ਸਾਹਿਬ ਕਹਿੰਦੇ ਆ। ਗੁਰੂ ਅੰਗਦ ਸਾਹਿਬ ਜੀ ਦਾ ਉੱਥੇ ਅੰਤਮ ਸੰਸਕਾਰ ਕੀਤਾ ਗਿਆ ਸੀਗਾ, ਕਿਰਪਾ ਕਰਨ ਦਰਸ਼ਨ ਕਰੋ ਆਣ ਕੇ। ਮਾਤਾ ਖੀਵੀ ਜੀ ਦੇ ਲੰਗਰ ਦੇ ਵਿੱਚ ਜੀ 24 ਘੰਟੇ ਲੰਗਰ ਚੱਲਦਾ ਵਾ, ਚਾਹ ਚੱਲਦੀ ਆ, ਫਿਰ ਗੱਫਾ ਪਾਣੀ ਚੱਲਦਾ, ਖੀਰ ਬਣਦੀ ਆ ਜੀ ਰੋਜ਼ ਇੱਥੇ, ਔਰ ਲੱਸੀ ਅਤੇ ਰੋਹ ਦੀ ਵੀ ਲੰਗਰ ਚੱਲਦਾ ਵਾ। ਹਾਂਜੀ ਹਾਂਜੀ, ਤੀਸਰਾ ਗੁਰਦੁਆਰਾ ਮੱਲ ਖੜਾ ਜੀ, ਜਿੱਥੇ ਗੁਰਮੁਖੀ ਲਿਪੀ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਉਚਾਰਨ ਕੀਤੀ ਆ, ਅਤੇ ਬੱਚਿਆਂ ਨੂੰ ਕੁਸ਼ਤੀਆਂ ਕਰਾਉਂਦੇ ਰਹੇ ਆ। ਔਰ ਚੌਥਾ ਗੁਰਦੁਆਰਾ ਜਿਹੜਾ ਵਾ ਮਾਈ ਭਰਾਈ ਦਾ, ਮਾਈ ਭਰਾਈ ਦੇ ਗੁਰੂ ਅੰਗਦ ਸਾਹਿਬ ਦੀ ਬਰਾਦਰੀ ਦੇ ਵਿੱਚੋਂ ਭੂਆ ਲੱਗਦੇ ਸਨ, ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਨੂੰ ਇੱਥੇ ਰਿਸ਼ਤਾ ਵੀ ਕਰਾਇਆ ਹੈ। ਮਾਤਾ ਖੀਵੀ ਦਾ ਪਿੰਡ ਸੰਗਰਕੋਟ ਆ, ਇੱਥੋਂ 6 ਕਿਲੋਮੀਟਰ ਆ ਜੀ। ਹਾਂਜੀ, ਇਹ ਤਰਨ ਤਾਰਨ ਰੋਡ ਦੇ ਉੱਤੇ ਆ ਜੀ। ਹਾਂਜੀ, ਅਤੇ 6ਵਾਂ ਸਥਾਨ ਜਿਹੜਾ ਵਾ ਗੁਰੂ ਅਮਰਦਾਸ ਜੀ, ਜਦੋਂ ਮਹਾਰਾਜ ਦਾ ਗੋਬਿੰਦਵਾਲ ਸਾਹਿਬ ਤੋਂ ਜਲ ਲਿਆਣ ਕੇ ਇਸ਼ਨਾਨ ਕਰਾਉਂਦੇ ਸੀ, ਅਤੇ ਆਪਣਾ ਜਦੋਂ ਉਹ ਸੇਵਾ ਪਾਣੀ ਦੇ ਵਿੱਚ ਲੱਗ ਕੇ ਆਪਣੀ ਉਹ ਪੂਜਾ ਪਾਠ ਕਰਦੇ ਸੀ। 6ਵਾਂ ਗੁਰਦੁਆਰਾ ਗੁਰੂ ਕਾ ਥੜਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।